ਸਸਰੀ ਗਾਲ ਬੇਟਾ ਜੀ ਅੱਜ ਅਸੀਂ ਡੇ 4 ਸਟਾਰਟ ਕਰ ਰਹੇ ਹਾਂ ਇਹਦੇ 'ਚ ਅਸੀਂ ਇਹ ਦੇਖਣਾ ਹੈ ਕਿ ਕਿਸੇ ਸ਼ਬਦ ਨੂੰ ਕਿੱਦਾਂ ਉਚਾਰਨ ਕਰਨਾ ਹੈ ਯਾ ਪ੍ਰੋਨਾਂਸ ਕਰਨਾ ਹੈ ਹੁਣ ਬੇਟਾ ਇਹਦੇ 'ਚ ਕਾਫੀ ਰੂਲ ਹਨ ਸਾਰੇ ਰੂਲ ਸੇ ਅਸੀਂ ਨਹੀਂ ਜਾਣਾ ਇਹ ਜਸਟ ਇੰਟਰੋਡਕਟਰੀ ਵੀਡੀਓ ਹੈ ਜਿਵੇਂ ਤੁਸੀਂ ਇਹ ਵਰਡ ਦੇਖੋ ਡਾਕਟਰ ਹੁੰਦਾ ਏ ਜਿਹੜਾ ਵੂਮਨ ਡਿਸੀਜ਼ਸ 'ਚ ਸਪੈਸ਼ੈਲਟੀ ਹੋਵੇ ਔਰਤਾਂ ਦੀ ਜਿਹੜੀ ਬਿਮਾਰੀਆਂ ਹਨ ਉਹਨਾਂ ਚ ਸਪੈਸ਼ialਟੀ ਹੋਏ ਹੁਣ ਇਹਨੂੰ ਰੀਡ ਕਰਨਾ ਹੈ ਤਾਂ ਅਸੀਂ ਇਦਾਂ ਹੀ ਕਰ ਦਿੰਦੇ ਹਾਂ ਜਿੱਦਾਂ ਅਸੀਂ ਹਿੰਦੀ ਕਰਦੇ ਹਾਂ ਜਾਂ ਪੰਜਾਬੀ ਕਰਦੇ ਹਾਂ ਕਿ ਜਿੱਦਾਂ ਦਾ ਲਿਖਿਆ ਉਦਾਂ ਦਾ ਪੜਤਾ ਹੁਣ ਮੈਂ ਇਹਨੂੰ ਪੜ ਲਾਂਗਾ ਗਾਇਨ ਆਈ ਕੋਲੋਜੀਸਟ ਹੈ ਨਾ ਤਾਂ ਜਿੱਦਾਂ ਦੇ ਵਰਡਸ ਲਿਖੇ ਹਨ ਅਸੀਂ ਉਸ ਤਰ੍ਹਾਂ ਹੀ ਪੜਦੇ ਹਾਂ ਜਿਹੜੀ ਸਾਡੀ ਬਿਲਕੁਲ ਠੀਕ ਹੈ ਔਰ ਨੈਚੁਰਲ ਚੀਜ਼ ਹੈ ਕਿਉਂਕਿ ਸਾਡੀ ਜਿਹੜੀ ਮਦਰ ਟੰਗ ਹੈ ਪੰਜਾਬੀ ਆ ਹਿੰਦੀ ਉਹਦੇ ਚ ਜਿਹੜਾ ਚੀਜ਼ ਲਿਖੀ ਹੈ ਉਦਾਂ ਹੀ ਉਚਾਰੇ ਜਾਂਦੀ ਹੈ ਪਰ ਇੰਗਲਿਸ਼ ਚ ਇਦਾਂ ਤੁਹਾਨੂੰ ਪਤਾ ਹੈ ਨਹੀਂ ਹੈ ਕਿਈ ਵਰਡ ਹਨ ਜਿਹੜੇ ਅਸੀਂ ਬਹੁਤ ਬੋਲ ਦਿੰਦੇ ਹਾਂ ਫੋਰ ਮਾਈ ਪਰਸਨਲ ਐਕਸਪੀਰੀਅੰਸ ਜਿਹੜੀ ਰ ਸਾਊਂਡ ਹੈ ਰ ਜਿੱਦਾਂ ਅਸੀਂ ਬੋਲ ਦਿੰਦੇ ਹਾਂ ਮਦਰ ਹੈ ਨਾ ਇਹ ਸਾਰੇ ਗਲਤ ਉਚਾਰਣ ਹਨ ਸਾਡਾ ਜਿਹੜਾ ਮਦਰ ਟੰਗ ਇਨਫਲੂਐਂਸ ਹੈ ਜਿਹੜੀ ਸਾਡੀ ਬੋਲੀ ਹੈ ਉਹਦਾ ਇਨਫਲੂਐਂਸ ਇੱਥੇ ਪਿਆ ਜਾਂਦਾ ਹੈ ਅਸੀਂ ਰ ਨਾਲ ਵਾਲੇ ਕੰਫਰਟੇਬਲ ਹਾਂ ਬਟ ਜੇ ਐਕਚੁਅਲ ਗਲ ਕਰੀਏ ਪ੍ਰੋਨਨਸिएशन ਚ ਤਾਂ ਜਿਹੜਾ ਆਰ 사ਊਂਡ ਹੈ ਸਾਇਲੈਂਟ ਹੁੰਦਾ ਹੈ ਤੇ ਐਸੀ ਉਚਾਰਦੇ ਆ ਮਦ ਹੁਣ ਇਹ ਸਿੱਖਣਾ ਕਿ ਇੱਕ ਦਿਨ ਚ ਆ ਜਾਏਗਾ ਇੰਪੋਸੀਬਲ ਹੈ ਬਟ ਵਾਈ ਲਰਨ देन ਇਹ ਸਿੱਖੀਏ ਕਿਉਂ ਸਰ ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਸਾਡੀ ਤਾਂ ਹੈਬਿਟ ਬਣ ਗਈ ਹੈ ਕਈ ਵਰਡਾਂ ਦੀ ਗਲਤ ਹੈ ਨਾ ਇਹ ਕਿਆ ਕਰ ਸਕਦੇ ਹਾਂ ਇਹਦੇ ਨਾਲ ਇਹਦੇ ਨਾਲ ਸਾਨੂੰ ਫਾਇਦਾ ਕੀ ਹੋਏਗਾ ਉਹ ਇਸ ਵੀਡੀਓ ਚ ਡਿਸਕਸ ਕਰਨਾ ਹੈ ਥੋੜਾ ਜਿਹਾ ਵੀ ਇਹ ਵੀ ਸਿਖਾਂਗੇ ਕਿ ਕਿੱਦਾਂ ਪੜ੍ਹਨਾ ਹੈ ਬੇਟਾ ਕੋਈ ਵੀ ਵਰਡ ਤੁਹਾਨੂੰ ਸਿਖਾਇਆ ਜਾਂਦਾ ਇਸ ਬੁੱਕ ਚ ਉਹਦੇ ਬਾਅਦ ਐਕਸਰਸਾਈਜ਼ ਚ speak the words ਕਰਕੇ ਇੱਕ سیکشن ਹੈ ਜਿਹਦੇ ਚ ਉਹਦੇ ਸਾਹਮਣੇ ਉਹਦੀ ਪ੍ਰੋਨਨਸੀਏਸ਼ਨ ਲਿਖੀ ਜਾਂਦੀ ਹੈ ਹੁਣ ਇਹ ਵਰਡ ਕਿਦਾਂ ਪੜ੍ਹਨਾ ਹੈ ਇਹ ਇਥੇ ਲਿਖਿਆ ਹੋਇਆ ਹੈ ਥੋੜਾ ਧਿਆਨ ਦਿਈਏ ਪਹਿਲੀ ਗੱਲ ਜੇ ਸਾਡਾ ਮਦਰ ਟੰਗ ਇਨਫਲੂਐਂਸ ਹੈ ਤਾਂ ਫਾਈਨ ਕਮ ਬੀ ਕੰਫਰਟੇਬਲ एकदम ਨਹੀਂ ਜਾਏਗਾ ਇਹ ਜਦੋਂ ਹੀ ਜਾ ਸਕਦਾ ਹੈ ਜਦੋਂ ਤੁਸੀਂ ਐਸੇ ਮਾਹੌਲ 'ਚ ਚੱਲ ਜਾਓ ਜਿੱਥੇ ਜਿਵੇਂ ਤੁਸੀਂ ਹੁਣ ਵਾਰ ਵਿਦੇਸ਼ 'ਚ ਚੱਲ ਗਏ ਆ ਨਾ ਯੂਕੇ ਚੱਲ ਜਾਓ ਤੁਸੀਂ ਕੈਨੇਡਾ ਚੱਲ ਜਾਓ ਤਾਂ ਉੱਥੇ ਜਿਹੜੀ ਲੋਕੀ ਜਿਹੜੇ ਜਿਸ ਤਰ੍ਹਾਂ ਨਾ ਪ੍ਰੋਨਾਉਂਸ ਕਰਦੇ ਹਨ ਤੁਸੀਂ ਉਹਦੇ ਸਾਹਮਣੇ ਨਾਲ ਪ੍ਰੋਨਾਉਂਸ ਕਰਨੇ ਸ਼ੁਰੂ ਕਰ ਦੇਣੇ ਵਰਡਸ ਤਾਂ ਇਹ ਆਦਤ ਦੀ ਗੱਲ ਹੈ ਭਾਸ਼ਾ ਦੀ ਗੱਲ ਹੈ ਤਾਂ ਇਤਨਾ ਘਬਰਾਣਾ ਨਹੀਂ ਕਿ ਅਸੀਂ ਨਾ ਗਲਤ ਬੋਲਦੇ ਹਾਂ ਇਹ ਚ ਕੋਈ ਫਰਕ ਨਹੀਂ ਪੈਂਦਾ ਹੈਨਾ ਪ੍ਰਾਊਡ ਪ੍ਰਾਊਡ ਫੀਲ ਕਰੋਗੇ ਤੁਹਾਡਾ ਮਦਰ ਟੰਗ ਇਨਫਲੂਐਂਸ ਹੈ ਹੈਨਾ ਸਾਡੀ ਇੰਗਲਿਸ਼ ਪੰਜਾਬੀ ਜਿਹੀ ਤਾਂ ਹੋਣੀ ਚਾਹੀਦੀ ਹੈ ਅਸੀਂ ਅੰਗਰੇਜ਼ ਥੋੜਨਾ ਹੈਨਾ ਸਾਡੀ ਮਾਂ ਬੋਲੀ ਪੰਜਾਬੀ ਹੈ ਜੇ ਸਾਡੀ ਇੰਗਲਿਸ਼ 'ਚ ਪੰਜਾਬੀ ਟੱਚ ਆਂਦਾ ਹੈ ਤਾਂ ਇਟ ਹੈਜ਼ ਟੂ ਬੀ ਇਹ ਤਾਂ ਹੋਣਾ ਹੀ ਹੈ ਹੈਨਾ ਅਨੈਚੁਰਲ ਥੋੜਨਾ ਹੈ ਨੈਚੁਰਲ ਚੀਜ਼ ਹੈ ਹਰ ਇੱਕ ਸੈਸ਼ਨ ਬਾਅਦ ਬੇਟਾ ਵਰਡਸ ਕਰੈਕਟਲੀ ਤੁਸੀਂ ਪੜਨ ਦੀ ਕੋਸ਼ਿਸ਼ ਕਰਨੀ ਹੈ ਭਾਵੇਂ ਤੁਹਾਨੂੰ ਉਹ ਯਾਦ ਰਹੇ ਕਿ ਕਿਦਾਂ ਪ੍ਰੋਨਾਂਸ ਕਰਨਾ ਸੀ ਕਿ ਨਹੀਂ ਉਹਦਾ ਰਿਜ਼ਲਟ ਨਹੀਂ ਦੇਖਣਾ ਇਹਦੇ ਨਾਲ ਤੁਹਾਨੂੰ ਫਾਇਦਾ ਕੀ ਹੋਏਗਾ ਕਿ ਵਰਡ ਜਿਹੜੇ ਹਨ ਬਾਰ-ਬਾਰ ਤੁਹਾਡੇ ਮੂੰਹੋਂ ਉਚਾਰੇ ਜਾਏਗੇ ਉਹਦੇ ਕਾਰਨ ਕੀ ਹੋਏਗਾ ਵਰਡ ਯਾਦ ਰਹੇਗਾ ਇਹੀ ਤਾਂ ਸਾਰੀ ਖੇਲ ਹੈ ਵੋਕੈਬਲਰੀ ਦੀ ਕਿ ਵਰਡ ਇੰਨੇ ਹਨ ਹੈਨਾ ਉਹ ਯਾਦ ਰਹਿਣ ਉਹਨਾਂ ਦਾ ਮਤਲਬ ਸਮਝ ਆਵੇ ਤੇ ਯਾਦ ਕਰਨ ਦੇ ਬਾਅਦ ਅਸੀਂ ਸਮਝਣ ਦੇ ਬਾਅਦ ਜੇ ਉਹਨਾਂ ਨੂੰ ਉਚਾਰ ਲਵਾਂਗੇ ਪ੍ਰੋਨਾਂਸ ਕਰ ਲਾਂਗੇ ਤਾਂ ਹੋਰ ਚੰਗੀ ਤਰ੍ਹਾਂ ਸਾਡੇ ਦਿਮਾਗ 'ਚ ਬੈਠਣਗੇ ਤਾਂ ਪ੍ਰੋਨਨਸੀਏਸ਼ਨ ਛੱਡਣੀ ਨਹੀਂ ਹੈ ਕਈ ਲੋਕ ਕੀ ਕਰਦੇ ਹੈ ਇਹਨੂੰ ਇਗਨੋਰ ਹੀ ਕਰ ਦਿੰਦੇ ਹੈ ਬੇਟਾ ਕੀ ਜਣਾ ਦੋ ਵਾਰੀ ਰੀਡ ਕਰ ਲਿਆ ਤੇ ਹੈਨਾ ਉਹਦੇ ਕਾਰਨ ਕੀ ਹੋਏਗਾ ਵਰਡ ਬਹਿ ਜਾਏਗਾ ਉਹਦਾ ਰਿਜ਼ਲਟ ਕੀ ਹੈ ਤੁਸੀਂ ਹਲੇ ਉਹਦੀ ਚਿੰਤਾ ਨਹੀਂ ਕਰਨੀਗੀ ਮੈਂ ਪ੍ਰੋਨਨਸੀਏਸ਼ਨ ਤਾਂ ਠੀਕ ਹੀ ਨਹੀਂ ਹੁੰਦੀ ਪਈ ਮੈਂ ਤਾਂ ਫਿਰ ਵੀ ਉਦਾਂ ਹੀ ਬੋਲ ਰਿਹਾ ਤੁਹਾਨੂੰ ਉਸ ਦੀ ਫਿਕਰ ਨਹੀਂ ਕਰਨੀ ਆਲਸੋ ਇਟ ਡਸ ਨੋਟ ਮੀਨ ਕਿ ਤੁਸੀਂ ਹੁਣ ਨਵੇਂ ਵਰਡ ਨਹੀਂ ਸਿੱਖਣਾ ਹੈ ਹੈ ਕਿ 90 ਵਰਡ ਸਿੱਖਾਂਗੇ ਪ੍ਰੋਨਾਂਸ ਕਰਨਾ ਆਇਆ ਤਾਂ ਹੀ ਐਦਾਂ ਨਹੀਂ ਹੈ ਅੱਗੇ ਸਿੱਖੀ ਜਾਣਾ ਅਸੀਂ ਤੇ ਹੌਲੀ-ਹੌਲੀ ਆਪਣੇ ਆਪ ਜਿਹੜੀ ਸਾਡੀ ਆਦਤ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨੀ ਹੈ ਇਕਦਮ ਇੱਕ ਦਿਨ ਚ ਠੀਕ ਹੋ ਜਾਏਗੀ ਮਹੀਨੇ ਚ ਠੀਕ ਹੋ ਜਾਏਗੀ ਨਹੀਂ ਬੇਟਾ ਐਦਾਂ ਹੁੰਦਾ ਨਹੀਂ ਕੁਝ ਵੀ ਠੀਕ ਹੈ ਨਾ ਜਲਦਬਾਜ਼ੀ ਚ ਕੁਝ ਵੀ ਨਹੀਂ ਮਿਲਦਾ ਚਲੋ ਐਨੀਵੇ ਇਹਦਾ ਸਰ ਮੂਲ ਮੰਤਰ ਕੀ ਹੈ ਹੈਨਾ ਕਿਦਾਂ ਪ੍ਰੋਨਾਂਸੀਏਸ਼ਨ ਠੀਕ ਹੋਏਗੀ ਬੇਟਾ ਪ੍ਰੈਕਟਿਸ ਨਾਲ ਐਂਡ ਸੈਕਿੰਡ ਫੈਮਿਲੀਅਰਿਟੀ ਨਾਲ ਫੈਮਿਲੀਅਰਿਟੀ ਮਤਲਬ ਆਸ-ਪਾਸ ਬੋਲੇ ਜਾਏ ਨਾ ਚੀਜ਼ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਹੁਣ ਫੈਮਿਲੀਅਰਿਟੀ ਸਾਡੇ ਹੱਥ 'ਚ ਹੈ ਨਹੀਂ ਹੈਨਾ ਸਾਡੇ ਨਾਲ ਕੋਈ ਇੰਗਲਿਸ਼ 'ਚ ਗੱਲ ਕਰਦਾ ਹੈ ਸਾਡੇ ਨਾਲ ਕੋਈ ਚੈਟਿੰਗ ਕਰਦਾ ਹੈ ਇੰਗਲਿਸ਼ 'ਚ ਹੈਨਾ ਸਾਨੂੰ ਗੱਲ ਇੰਗਲਿਸ਼ ਦੇ ਵਰਡ ਸੁਣਾ ਹੀ ਨਹੀਂ ਦਿੰਦੇ ਤਾਂ ਅਸੀਂ ਕਿੱਦਾਂ ਫੈਮਿਲੀਅਰਿਟੀ ਕਰਾਂਗੇ ਬਟ ਅਸੀਂ ਟਰਾਈ ਕਰ ਸਕਦੇ ਹਾਂ ਅਸੀਂ ਇਹੋ ਜਿਹੇ ਪੋਡਕਾਸਟ ਦੇਖ ਸਕਦੇ ਹਾਂ ਐਸੋ ਜਿਹੇ ਵੀਡੀਓ ਦੇਖ ਸਕਦੇ ਹਾਂ ਜਿਹਦੇ 'ਚ ਉਚਾਰਨ ਤੇ ਧਿਆਨ ਰੱਖਿਆ ਜਾਂਦਾ ਹੈ ਹੈਨਾ ਇੰਟਰਵਿਊ ਦੇਖ ਸਕਦੇ ਹਾਂ ਤਾਂ ਧਿਆਨ ਰਹੇ ਕਿ ਕਿੱਦਾਂ ਵਰਡ ਕੋ ਯੂਜ਼ ਹੋ ਰਿਹਾ ਤੇ ਸੁਣਦੇ-ਸੁਣਦੇ ਫੈਮਿਲੀਅਰਿਟੀ ਬਣ ਜਾਂਦੀ ਏ ਉਸ ਵਰਡ ਨਾਲ ਤੇ ਫਿਰ ਤੁਸੀਂ ਕ ਚਲੋ ਵਾਪਸ ਆਂਦੇ ਹਾਂ ਤੇ ਇਸ ਵਰਡ ਨੂੰ ਥੋੜਾ ਜਿਆਦਾ ਪ੍ਰੋਨਾਂਊਂਸ ਕਰਦੇ ਹਾਂ ਦੇਖੋ ਐਕਚੁਅਲ ਵਰਡ ਇਹ ਹੈ ਪਰ ਪ੍ਰੋਨਾਂਸिएशन ਉਹਦੀ ਇਧਰ ਦਿੱਤੀ ਹੋਈ ਹੈ ਹਰ ਇੱਕ ਵਰਡ ਦੀ ਪ੍ਰੋਨਾਂਸिएशन ਇਸ ਬੁੱਕ 'ਚ ਹੈ ਇਹੀ ਖਾਸ ਗੱਲ ਹੈ ਸਭ ਤਰੀਕੇ ਨਾਲ ਤੁਹਾਨੂੰ ਇੰਗਲਿਸ਼ ਪ੍ਰਪੇਅਰ ਕਰਾਈ ਜਾ ਰਹੀ ਹੈ ਉਹ ਦੇਖੋ ਇਹਨੂੰ ਬੋਲਣਾ ਕਿੱਦਾਂ ਹੈ ਜੇ ਮੈਂ ਇਹ ਨਾ ਦੇਖਾਂ ਹੈ ਤਾਂ ਮੈਂ ਸਿੱਧੇ ਕਹਿੰਨਾ ਗਾਇਨਾਈ ਕੋਲੈਜੀਸਟ ਹੈ ਨਾ ਇਦਾਂ ਬੋਲਾਂਗਾ ਮੈਂ ਜ਼ਿਆਦਾਤਰ ਅਸੀਂ ਇਦਾਂ ਹੀ ਬੋਲਦੇ ਹਾਂ ਬਟ ਇੱਥੇ ਲਿਖਿਆ ਹੋਇਆ ਹੈ ਦੇਖੋ ਵਰਡ ਜੋੜ ਦਿੱਤੇ ਹਨ ਕੱਟੇ-ਕੱਟੇ ਬੋਲੇ ਜਾਣੇ ਆ ਜਿਸਟ ਕਾਲ ਗਾਇਨਾ ਹੈ ਨਾ ਉਹਨੇ ਡਿਫਰੈਂਟ ਡਿਫਰੈਂਟ ਚੀਜ਼ਾਂ ਦਾ ਕੀ ਮਤਲਬ ਹੈ ਥੋੜਾ ਜਿਹਾ ਸਮਝੀਏ ਪਹਿਲੇ ਤਾਂ ਤੁਹਾਨੂੰ ਦਿਸ ਰਿਹਾ ਹੋਣਾ ਸਭ ਤੋਂ ਪਹਿਲੇ ਧਿਆਨ ਜਾਣਾ ਚਾਹੀਦਾ ਇੱਕ ਕੈਪੀਟਲ ਲੈਟਰ 'ਚ ਕੈਪੀਟਲ ਲੈਟਰ ਕਿਉਂ ਲਾਏ ਹੋਏ ਹਨ ਕੈਪੀਟਲ ਲੈਟਰ ਅਸੀਂ ਕਿਉਂ ਲਾਉਂਦੇ ਆ ਜੀ ਕੈਪੀਟਲ ਲਾਉਂਦੇ ਹਾਂ ਲੈਟਰ ਯੂਜ਼ ਕਰਦੇ ਹਾਂ ਧਿਆਨ ਉੱਥੇ ਰਵੇ ਯਾਣਾ ਕਿਉਂਕਿ ਇੰਪੋਰਟੈਂਟ ਹੈ ਇਹਦੇ ਚ ਫੋਕਸ ਕਰਨਾ ਹੈ ਠੀਕ ਹੈ ਔਰ ਉਹਦੇ ਉੱਪਰ ਇਹ ਦੇਖੋ ਇਹਨੂੰ ਕਹਿੰਦੇ ਆ ਐਕਸੈਂਟ ਮਾਰਕ ਐਕਸੈਂਟ ਮਾਰਕ ਮਤਲਬ ਧਿਆਨ ਦਿਓ ਯਾਣਾ ਇਸ ਤੇ ਬੈਣਾ ਹੈ ਵਰਡ ਇਹਨੂੰ ਟਾਈਮ ਦੇਣਾ ਹੈ ਇਹਨੂੰ ਇਗਨੋਰ ਨਹੀਂ ਕਰਨਾ ਹੈ ਠੀਕ ਹੈ ਕੈਪੀਟਲ ਲੈਟਰ ਹੋ ਗਿਆ ਐਕਸੈਂਟ ਮਾਰਕ ਹੋ ਗਿਆ ਇੱਥੇ ਵੇਖੋ ਬੇਟਾ ਐਕਸੈਂਟ ਮਾਰਕ ਤਾਂ ਇੱਥੇ ਵੀ ਹੈ ਇਹਦਰ ਬਟ ਅ ਸਮਾਲ ਲੈਟਰ ਚ ਹੈ ਇੱਥੇ ਐਕਸੈਂਟ ਮਾਰਕ ਹੈ ਕੈਪੀਟਲ ਲੈਟਰ ਇੱਥੇ ਐਕਸੈਂਟ ਮਾਰਕ ਹੈ ਸਮਾਲ ਲੈਟਰ ਮਤਲਬ ਧਿਆਨ ਦੇਣਾ ਹੈ ਬਟ ਇੰਨਾ ਨਹੀਂ ਜਿੰਨਾ ਅਸੀਂ ਇਸ ਵਰਡ ਨੂੰ ਦਿੱਤਾ ਹੋਇਆ ਹੈ ਕੇਓਐਲ ਜਦੋਂ ਇਹਦੀ ਸਾਊਂਡ ਨਿਕਲਨੀ ਹੈ ਮੇਨ ਫੋਕਸ ਇਹਦੇ ਤੇ ਹੀ ਦੇਣਾ ਹੈ ਇਦਾਂ ਸਮਝੋ ਜਿਵੇਂ ਤੁਸੀਂ ਕੋਈ ਪ੍ਰੋਗਰਾਮ ਦੇਖਿਆ ਹੋਣਾ ਹਰਮੋਨੀ ਮੁਰੂ ਬਨਿੰਦਾ ਹੈਨਾ ਹੈਨਾ ਇੱਕ ਮੇਨ ਸਿੰਗਰ ਹੁੰਦਾ ਹੈ ਇਹ ਹੈ ਮੇਨ ਸਿੰਗਰ ਕੇਓਐਲ ਹਣਾ ਬਾਕੀ ਕੀ ਹੈ ਬਾਕੀ ਜਿਹੜੇ ਵੀ ਵਰਡ ਹਨ ਹੁਣ ਜਿਵੇਂ ਇਹ ਹੈ ਜਿਹਦੇ ਤੇ ਫੋਕਸ ਕਰਨਾ ਹੈ ਇਹ ਇਹਦਾ ਕਹਿ ਸਕਦੇ ਹੋ ਅਸਿਸਟੈਂਟ ਹੈਨਾ ਅਸਿਸਟੈਂਟ ਕੋਈ ਵਾਜਾ ਬੂਜਾ বাজਾਏਗਾ ਪਤਾ ਨਹੀਂ ਕਿਹੜਾ বাজ ਜਾਏ ਚਲੋ ਜਿਹੜਾ ਵੀ ਹੈ ਠੀਕ ਹੈ ਬਟ ਇਹਨਾਂ ਦੋਨਾਂ ਦੀ ਮੇਨ ਆਵਾਜ਼ ਰਹੇਗੀ ਪਹਿਲੇ ਇਹ ਗਲਤਾਂ ਇਹ ਪ੍ਰੋਨਨਸिएशन ਵੇਖ ਕੇ ਤੁਸੀਂ ਇਹ ਸਮਝ ਗਏ ਕਿ ਇਹ ਦੋਨਾਂ ਦੀ ਆਵਾਜ਼ ਮੇਨ ਰਹੇਗੀ ਬਾਕੀ ਇਹ ਤਾਂ ਇਨਸਟਰੂਮੈਂਟ ਹੀ ਹਨ ਠੀਕ ਹੈ ਨਾ ਬਾਕੀ ਜਿਹੜੀ ਅਸੀਂ ਗੱਲ ਕਰਾਂਗੇ ਤਾਂ ਇਸ ਤਰ੍ਹਾਂ ਯਾਦ ਕਰਨਾ ਹੈ ਕੈਪੀਟਲ ਲੈਟਰ ਜਿਹੜੇ ਹੋਣਗੇ ਐਕਸੈਂਟ ਮਾਰਕ ਲੱਗਿਆ ਹੋਏਗਾ ਉਹ ਮੇਨ ਫੋਕਸ ਹੋਏਗਾ ਵਰਡ ਦਾ 사ਉਂਡ ਦੇ ਹਿਸਾਬ ਨਾਲ ਜਿੱਦਾਂ ਉਚਾਰਨ ਕਰਨਾ ਹੈ ਜਿਹੜੇ ਸਮਾਲ ਲੈਟਰ ਵਰਡ ਹਨ ਉਹ ਐਕਸੈਂਟ ਮਾਰਕ ਹੋਏ ਤੇ ਉਹਦੇ ਤੇ ਵੀ ਧਿਆਨ ਜਾਏਗਾ ਠਹਿਰਾਵ ਹੋਏਗਾ ਹੁਣ ਦੇਖੋ ਬੇਟਾ ਜੇ ਇਹ ਚੀਜ਼ ਸਮਝ ਗਏ ਤਾਂ ਇੱਕ ਚੀਜ਼ ਇੱਥੇ ਸਮਝ ਨਹੀਂ ਆ ਰਹੀ ਹੋਣੀ ਬੜੀ ਅਜੀਬ ਜਿਹੀ ਲੱਗ ਰਹੀ ਹੋਣੀ ਇਹ ਜਿਹੜੇ ਪੁੱਠੇ ਜੇ ਈ ਪਾਏ ਹਨ ਮੈਂ ਇਹ ਇੱਕ ਮਿੰਟ ਇਹ ਜਿਹੜਾ ਹੈ ਹੈਨਾ ਇਨੂੰ ਕਹਿੰਦੇ ਆ ਸ਼ਵਾ ਸਾਊਂਡ ਸ਼ਵਾ ਹਿੰਦੀ ਦਾ ਅ ਅ ਨਹੀਂ ਹੁੰਦਾ ਉਦਾਂ ਦੀ ਸਾਊਂਡ ਹੈ ਹੈਨਾ ਹੁਣ ਜਿਵੇਂ ਤੁਸੀਂ ਇੱਥੇ ਪ੍ਰੋਨਨਸੀਏਸ਼ਨ ਦੇਖੋਗੇ ਮਦਰ ਦੀ ਤਾਂ ਇਦਾਂ ਲਿਖਿਆ ਹੋਇਆ ਹੈ ਐਮ ਯੂ ਟੀ ਐਚ ਔਰ ਉਹਦੇ ਬਾਅਦ ਏ ਪਾ ਦਿੱਤਾ ਗਿਆ ਵਾਟ ਇਜ਼ ਥਿਸ ਸਰ ਈ ਹੁੰਦਾ ਨਾ ਇਦਾਂ ਹੈਨਾ ਇਹਨੂੰ ਪੁੱਠਾ ਕਰ ਦੇਣਾ ਹੈ ਇਦਾਂ ਥੱਲੇ ਨੂੰ ਠੀਕ ਹੈ ਨਾ ਇਹਨੂੰ ਕਹਿੰਦੇ ਸ਼ਵਾ ਸਾਊਂਡ ਇਹਦਾ ਮਤਲਬ ਮਦਰ बोलना ਗਲਤ ਹੈ ਸਾਨੂੰ ਬੋਲਣਾ ਚਾਹੀਦਾ ਹੈ ਮਦਰ ਅ ਆ ਗਿਆ ਆਰ ਆਇਆ ਹੀ ਨਹੀਂ ਦੇਖੋ ਪ੍ਰੋਨਨਸिएशन ਚ ਕਈ ਵਰਡ ਤੁਹਾਨੂੰ ਲੱਭਣੇ ਹੀ ਨਹੀਂ ਜਿਹੜੇ ਅਸੀਂ ਇਦਾਂ ਇੱਥੇ ਵੇਖਾਂਗੇ ਬਟ ਉੱਥੇ ਉਹ ਸਾਊਂਡ ਹੀ ਨਹੀਂ ਆਏਗੀ ਜਿੱਥੇ ਇੱਥੇ ਰ ਹੈ ਹੀ ਨਹੀਂ ਮਦਰ ਚ ਜਿਹੜਾ ਅਸੀਂ ਬੋਲਦੇ ਹਾਂ ਪ੍ਰੋਨਨਸिएशन ਚ ਆਰ ਬੋਲਿਆ ਹੀ ਨਹੀਂ ਜਾਂਦਾ ਉਹ ਕਿੱਦਾਂ ਪਤਾ ਲੱਗੇਗਾ ਜਦੋਂ ਤੱਕ ਸਾਨੂੰ ਇਹ ਚੀਜ਼ ਨਹੀਂ ਪਤਾ ਲੱਗੀ ਕਿ ਐਕਚੁਅਲ ਪ੍ਰੋਨਨਸिएशन ਇਸ ਵਰਡ ਦੀ ਕਿੱਦਾਂ ਕੀਤੀ ਜਾਂਦੀ ਹੈ ਠੀਕ ਹੈ ਤਾਂ ਇਹ ਸਾਊਂਡ ਵੀ ਪਤਾ ਲੱਗ ਗਿਆ ਸ਼ਵਾ ਸਾਊਂਡ ਥੋੜਾ ਜਿਹਾ ਪ੍ਰੈਕਟਿਸ ਕਰ ਲਾਂਗੇ ਦੇਖੋ ਹੁਣ ਥੋੜਾ ਜਿਹਾ ਪੜ੍ਹੀਏ ਵਟ ਅਬਾਊਟ ਥਿਸ ਹੀ ਆਈ ਦੇ ਉੱਪਰ ਦੇਖੋ ਏ ਲੱਗਿਆ ਹੋਇਆ ਹੈ ਹੈਨਾ ਇਹਦਾ ਮਤਲਬ ਹੁੰਦਾ ਆਈ ਜੋ ਅੱਖਾਂ ਹੁੰਦੀਆਂ ਨੇ ਹੈਨਾ ਆਈ ਦੀ ਸਾਊਂਡ ਹੁੰਦੀ ਹੈ ਹੋਰ ਕੁਝ ਨਹੀਂ ਈ ਸਾਊਂਡ ਨਹੀਂ ਹੈ ਇਹ ਆਈ ਠੀਕ ਹੈ ਨਾ ਇਹ ਤੁਹਾਨੂੰ ਪਤਾ ਹੀ ਹੋਏਗਾ ਇਹ ਕੋਈ ਵੱਡੀ ਗੱਲ ਨਹੀਂ ਹੈ ਹੁਣ ਚਲੋ ਸਰ ਜੇ ਆ ਗਿਆ ਤਾਂ ਥੋੜਾ ਦੇਖੀਏ ਕੀ ਕੀ ਕਿਦਾਂ ਪੜ੍ਹ ਸਕਦੇ ਹਾਂ ਤੇ ਚਲੋ ਸੈਟ ਸੈਟ ਕਰਕੇ ਚੱਲਦੇ ਹਾਂ इनू कि पढ़ा गायना क्या गायना बोला नहीं नहीं मेन फोकस नहीं है तो ट्राई किया गायना उसके बाद अ द साउंड क्या आएगी नहीं आएगी ज़्यादा ध्यान नहीं देना गायन आगे चले गए उसके बाद कॉलोजिस्ट कॉल तो आए ना मेरा ध्यान जो मैं गायन कॉलोजिस्ट बोलागा तो थानू तो जो सुनाई देगा मेरा मेन सिंगर सुनाई देगा उस तो बादन होएगा बाकी ज़्यादा इंपोर्टेंट नहीं है और बाकी ਇੱਥੇ ਦੇਖੋ ਜਿਹੜੇ ਵੀ ਵਰਡ ਹਨ ਉਹ ਸਪੋਰਟਿੰਗ ਵਰਡ ਹਨ ਠੀਕ ਹੈ ਤਾਂ ਮੈਨੂੰ ਜੇ ਇਸ ਵਰਡ ਨੂੰ ਕਰੈਕਟ ਪ੍ਰੋਨਾਂਸ ਕਰਨ ਦੀ ਟਰਾਈ ਕਰਨੀ ਹੋਏ ਕਿ ਮੈਂ ਪਰਫੈਕਟ ਹੈ ਨਹੀਂ ਬਟ ਮੈਂ ਟਰਾਈ ਕਰਾਂ ਇਹਨੂੰ ਵੇਖ ਕੇ ਤਾਂ ਮੈਂ ਕਹਿ ਸਕਦਾ ਹਾਂ ਗਾਇਨ ਕਾਲੋਜਿਸਟ ਕਾਲ ਤੇ ਫੋਕਸ ਦੁਬਾਰਾ ਮੈਂ ਬੋਲ ਸਕਦਾ ਇਹਨੂੰ ਗਾਇਨ ਕਾਲੋਜਿਸਟ ਗਾਇਨ ਕਾਲੋਜਿਸਟ ਗਾਇਨ ਕਾਲੋਜਿਸਟ ਕਾਲ ਤੁਹਾਨੂੰ ਮੇਨ ਇੱਕਦਮ ਕਹਿੰਦੇ ਨਾ ਮੂੰਹ ਤੇ ਵੱਜੇਗਾ that is the main ਆ ਸਾਊਂਡ ਤੇ ਉਹ ਕੈਪੀਟਲ ਲੈਟਰ ਐਕਸ ਨਾਲ ਬਾਰੇ ਫੜ ਲੈਣੀ ਹੈ ਕਿ ਇਹ ਵਰਡ ਚ ਇਹੀ ਸੁਣਾਇ ਦੇਣਾ ਚਾਹੀਦਾ ਇਦਾਂ ਕਰਕੇ ਚੱਲਣਾ ਪ੍ਰਾਇਓਰਟੀ ਇਹਦੇ ਤੇ ਗਾਇਨਕੋਲੋਜਿਸਟ ਗਾਇਨਕੋਲੋਜਿਸਟ ਕਾਲ ਵਰਡ ਜਿਹੜਾ ਹੈ ਉਸ ਤੇ ਤੁਸੀਂ ਫੋਕਸ ਕਰਨਾ ਹੈ ਥੋੜੇ ਜਿਹਾ ਹੋਰ ਕਰ ਲਈਏ ਚਲੋ ਥੋੜਾ ਜਿਹਾ ਪ੍ਰੈਕਟਿਸ ਕਰ ਲਈਏ ਥੋੜੇ ਵਰਡ ਅਸੀਂ ਇਹ ਆਲਰੇਡੀ ਕਰ ਚੁੱਕੇ ਆ ਤੇ ਅਸੀਂ ਇਹਦੀ ਪ੍ਰੋਨਨਸੀਏਸ਼ਨ ਦੇਖ ਲੈਣੀ ਹੈ ਇਹ ਹੋ ਗਿਆ ਸਾਡਾ ਈਗੋਇਸਟ ਬੋਲਾਂਗਾ ਹੈਨਾ ਅਲੇ ਨਹੀਂ ਦੇਖ ਰਿਹਾ ਮੈਂ ਇਹ ਪ੍ਰੋਨੰਸੀਏਸ਼ਨ ਕੀ ਹੈ ਜੇ ਮੈਨੂੰ ਇਹ ਵਰਡ ਦਿੱਤਾ ਜਾਏ ਮੇਰੇ ਕੋ ਪੜ੍ਹਿਆ ਜਾਣਾ ਹੈ ਈਗੋਇਸਟ ਹੈ ਨਾ ਤੇ ਪ੍ਰੋਨੰਸੀਏਸ਼ਨ ਦੇਖੋ ਧਿਆਨ ਕੇ ਦਿੱਤੇ ਫੋਕਸ ਮੇਨ ਸਿੰਗਰ ਈ ਔਰ ਉਹ ਵੀ ਡਬਲ ਈ ਯਾਨੀ ਕਿ ਈ ਦੀ ਵੱਡੀ ਸਾਊਂਡ ਰਣੀ ਹੈ ਉਹਦੇ ਬਾਅਦ ਗੋ ਉਹਦੇ ਬਾਅਦ ਇਸਟ ਤਾਂ ਇਹਦੇ ਚ ਮੇਨ ਵਰਡ ਚ ਸਾਊਂਡ ਕਿਦੀ ਆਣੀ ਚਾਹੀਦੀ ਈ ਦੀ ਤਾਂ ਮੈਂ ਬੋਲਣਾ ਹੈ ਈਗੋਇਸਟ ਈਗੋਇਸਟ ਈ ਤੇ ਮੈਂ ਫੋਕਸ ਕਰਨਾ ਹੈ ਮੇਨ ਸਿੰਗਰ ਉਹੀ ਹੈ ਈਗੋਇਸਟ ਈਗੋਇਸਟ ਚਲੋ ਇਹਨੂੰ ਵਿਦਆਊਟ ਪ੍ਰੋਨੰਸੀਏਸ਼ਨ ਪੜੋ ਮੈਂ ਪੜਾਂਗਾ ਇਹਨੂੰ ਇੰਟਰੋਵਰਟ ਹੈ ਨਾ ਇਦਾਂ ਹੀ ਬੋਲਦੇ ਆ ਅਸੀਂ ਬੰਦਾ ਇੰਟਰੋਵਰਟ ਹੈ ਬੋਲਦਾ ਨਹੀਂ ਕੁਝ ਹੈ ਨਾ ਇੰਟਰੋਵਰਟ ਬਟ ਦੇਖੋ ਜਰਾ ਪ੍ਰੋਨੰਸੀਏਸ਼ਨ ਇਨ ਤੇ ਧਿਆਨ ਕੈਪੀਟਲ ਲੈਟਰ ਚ ਉਹਦੇ ਬਾਅਦ ਟੀ ਆਰ ਦੇ ਬਾਅਦ ਦੇਖੋ ਅ ਜਿਹੜਾ ਸ਼ੋਅ ਦੀ ਸਾਊਂਡ ਆਂਦੀ ਹੈ ਉਹ ਆ ਰਹੀ ਹੈ ਜਿਹੜੀ ਅਸੀਂ ਡਿਸਕਸ ਕਰਤੀ ਸੀ ਸ਼ੋਅ ਇਹ ਕਾਫੀ ਆਣਾ ਹੈ ਇਹਨੂੰ ਚੰਗੀ ਤਰ੍ਹਾਂ ਸਮਝ ਲਓ ਸ਼ੋਅ ਸਾਊਂਡ ਆ ਰਹੀ ਹੈ ਤਾ ਇਹ ਇੰਟਰੋ ਨਹੀਂ ਹੈ ਇੰਟਰ اور ਜਿਹੜਾ ਲਾਸਟ ਆਰ ਦੇ ਬਾਦ ਅ ਸੁਣ ਰਹੇ ਹੋ ਬਹੁਤ ਹੀ ਘੱਟ ਟਾਈਮ ਵਾਸਤੇ ਰਹਿੰਦਾ ਹੈ ਹੈਨਾ ਉਹਦੇ ਬਾਅਦ ਦੇਖੋ ਵਰਟ ਤਾਂ ਅਸੀਂ ਇਹਨੂੰ ਬੋਲਣਾ ਹੋਵੇ ਮੇਨ ਸਿੰਗਰ ਇਹ ਹੈ ਸੈਕੰਡ ਸਿੰਗਰ ਇਹ ਹੈ ਇਹ ਵਿਚਕਾਰਲਾ ਤਾਂ ਬਿਲਕੁਲ ਸਪੋਰਟ ਕਰੇਗਾ ਤਾਂ ਮੇਰਾ ਜਿਹੜਾ ਪ੍ਰੋਨਨਸिएशन ਹੋ ਸਕਦੀ ਹੈ ਉਹ ਇਦਾਂ ਹੋ ਸਕਦੀ ਹੈ ਇੰਟਰਵਰਟ 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 ਤਾਂ ਮੈਂ ਇਨ ਤੇ ਇਨ ਤੇ ਫੋਕਸ ਕਰ ਰਹੇ ਹਾਂ ਠੀਕ ਹੈ ਨਾ ਇਹਦੇ ਨਾਲ ਸਾਨੂੰ ਗਾਈਡੈਂਸ ਮਿਲ ਜਾਂਦੀ ਹੈ ਠੀਕ ਹੈ ਇੱਥੇ ਕਿਹਦੇ ਤੇ ਸਾਊਂਡ ਫੋਕਸ ਹੋਇਆ ਈ ਤੇ ਇੱਥੇ ਹੋਇਆ ਇ ਇੰਟਰਵਰਟ ਔਰ ਇਹ ਉਹ ਜਿਹੜਾ ਸੀ ਇਹ ਤਾਂ ਬੋਲਿਆ ਹੀ ਨਹੀਂ ਗਿਆ ਇੰਟਰੋ ਹੈ ਹੀ ਨਹੀਂ ਇੰਟਰੋ ਹੈ ਇੰਟਰੋ ਇੰਟਰਵਰਟ ਚਲੋ ਨੈਕਸਟ ਕਰਦੇ ਹਾਂ ਇਹਨੂੰ ਮੈ ਪੜ੍ਹਨਾ ਹੁੰਦਾ ਮੈਂ ਪੜ੍ਹਨਾ ਸੀ ਮਿਸੋਗਾਈਨਿਸਟ ਹੈ ਨਾ ਜੇ ਅਪਰੋਨਨਸੇਸ਼ਨ ਦੇਖੀਏ ਦੇਖੋ ਮੀ ਹੈ ਅੱਛਾ ਫੋਕਸ ਕਰ dete ਹੈ एस ओ इंट्रो इंट्रो, जे ਹੈਨਾ ਬੇਟਾ ਪ੍ਰੋਨਨਸिएशन ਚ ਐਸਓ ਜੀ ਕਿਉਂ ਲਿਖਿਆ ਗਿਆ ਹੈ ਐਸਓ ਜੀ ਲਿਖਿਆ ਹੁੰਦਾ ਫਿਰ ਕੀ ਹੋਣਾ ਸੀ ਹੈਨਾ ਦੇਖੋ ਇਹਨੂੰ ਪੜਿਆ ਜਾਏਗਾ ਪ੍ਰੋਨਨਸिएशन ਚ ਜਿ ਲਿਖਿਆ ਹੋਏਗਾ ਸੌਗ ਇਹਨੂੰ ਸੌਜ ਜਿੱਦਾਂ ਜਗਰ ਦੀ ਸਾਊਂਡ ਹੁੰਦੀ ਹੈ ਜੇ ਦੀ ਸਾਊਂਡ ਹੁੰਦੀ ਹੈ ਤਾਂ ਪ੍ਰੋਨਨਸिएशन ਚ ਬਿਲਕੁਲ ਜਿੱਦਾਂ ਪੜਿਆ ਜਾਏਗਾ ਵਰਡ ਉਹ ਲਿਖਿਆ ਹੁੰਦਾ ਹੈ ਤਾਂ ਇੱਥੇ ਫੋਕਸ ਹੈ ਕੈਪੀਟਲ ਲੈਟਰ ਸੌਜ ਤਾਂ ਗਾਇਨਿਸਟ ਹੋਇਆ ਹੀ ਨਹੀਂ ਹੈਨਾ ਦੇਖੋ ਮਿਸੋਗਾਇਨਿਸਟ ਹੈ ਹੀ ਨਹੀਂ ਉਧਰ ਦੀ ਪ੍ਰੋਨੰਸੀਏਸ਼ਨ ਉਹਦੇ ਬਾਅਦ ਕੋਈ ਫੋਕਸ ਜ਼ਿਆਦਾ ਹੈ ਨਹੀਂ ਸੌ ਜਿੱਤੇ ਧਿਆਨ ਦੇਣਾ ਹੈ ਤਾਂ ਮੈਂ ਇਹਨੂੰ ਪੜਾਂਗਾ ਫੋਕਸ ਕਿੱਥੇ ਹੋ ਗਿਆ ਇਹ ਜਿਹੜਾ ਐਸ ਓ ਜੀ ਕਰਕੇ ਸੌ ਗ ਨਹੀਂ ਹੋ ਜਾਏਗਾ ਕਿਉਂਕਿ ਮੈਂ ਇਹੀ ਗਲਤੀ ਕਰ ਰਿਹਾ ਸੀ ਮਿਸੋ ਗਾਇਨ ਗ ਲੈ ਲਿਆ ਸੀ ਇਹਨੂੰ ਨਹੀਂ ਇਹ ਜੋ ਹੈ ਤਾਂ ਇਹਨੂੰ ਬੋਲਣਾ ਹੈ ਮਿਸੋਜਨਿਸਟ 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 ਠੀਕ ਹੈ ਇਦਾਂ ਅਸੀਂ ਪ੍ਰੋਨਾਉਂਸ ਕਰਨਾ ਹੈ ਇਦੋ ਵਰਡ ਅਸੀਂ ਪਹਿਲੇ ਕਰ ਲਏ ਹਨ ਇਹ ਮੈਂ ਤਾਂ ਕਰਕੇ ਲੈ ਕਿਉਂਕਿ ਕਈ ਵਰਡ ਹੈ ਤੁਹਾਨੂੰ ਇਹੋ ਜਿਹੀ ਮਿਲਨੇ ਹਨ ਜਿਹੜੇ ਅਸੀਂ ਨਾਰਮਲੀ ਕਾਫੀ ਯੂਜ਼ ਕਰਦੇ ਹਾਂ ਜਿਵੇਂ ਮਦਰ ਦਾ ਐਗਜ਼ਾਮਪਲ ਪਹਿਲੇ ਲੈ ਚੁੱਕੇ ਹਾਂ ਨੂੰ ਕਹਣਾ ਮਦ ਹੈ ਨਾ ਮਦ ਇੱਦਾਂ ਐਕਸਪਲੇਨ ਜਾਂ ਪ੍ਰੋਨਾਂਸ ਕਰਨਾ ਚਾਹੀਦਾ ਸੀ ਇਹ ਕੇ ਵਰਡ ਮੈਂ ਬਹੁਤ ਗਲਤ ਯੂਜ਼ ਕਰਦਾ ਮੈਂ ਬੋਲਦਾ ਨੂੰ ਸੈਂਟੈਂਸ ਹੈ ਨਾ ਇਹ ਸਿਰਫ ਸੈਂਟੈਂਸ ਹੈ ਸੈਂਟੈਂਸ ਸੈਂਟੈਂਸ ਇਹ ਦੇਖੋ ਫੋਕਸ ਸੈਂਟੈਂਸ ਆ ਸਾਡਾ ਹੋ ਜਾਂਦਾ ਹੈ ਸੈਂਟੈਂਸ ਕਿਉਂਕਿ ਸਾਡਾ ਪੰਜਾਬੀ ਆ ਜਾਂਦੀ ਹੈ ਹਿੰਦੀ ਆ ਜਾਂਦੀ ਹੈ ਬਟ ਇਟ ਇਜ਼ ਓਕੇ ਇਹਦੇ ਨਾਲ ਇੱਕ ਘਬਰਾਣਾ ਨਹੀਂ ਹੈ ਕਿ ਸਾਡਾ ਬਹੁਤ ਗਲਤ ਹੋ ਰਿਹਾ ਹੈ ਬੇਟਾ ਤੁਸੀਂ ਮੇਰਾ ਵੀ ਵੀਡੀਓ ਦੇਖਦੇ ਹੋ ਮੈਂ ਕਈ ਵਰਡ ਗਲਤ ਪ੍ਰੋਨਾਂਸ ਕਰਦਾ ਬਟ ਬੇਟਾ ਇੰਪਰੂਵ ਕਰਦੇ ਰਹਿਣਾ ਹੈ ਅਜੀ ਦੇਖਦੇ ਰਹਿਣਾ ਹੈ ਕਿ ਇਹਨਾਂ ਦੀ ਐਕਚੁਅਲ ਪ੍ਰੋਨਾਂਸिएशन ਕੀ ਹੈ ਵਰਡ ਵੀ ਰਿਪੀਟ ਹੋ ਜਾਣਗੇ ਬਹਾਨੇ ਸਰ ਤੇ ਦੂਜੀ ਗੱਲ ਹੈ ਬੇਟਾ ਥੋੜੇ ਟਾਈਮ ਬਾਅਦ ਯਾਣਾ ਜੇ ਮੇਰੀ ਪ੍ਰੈਕਟਿਸ ਹੋ ਜੇ ਨਾ ਜੇ ਮੈਂ ਪ੍ਰੈਕਟਿਸ ਛੁੱਟੀ ਹੋਈ ਹੈ ਜੇ ਪ੍ਰੈਕਟਿਸ ਹੋ ਜਾਏਗੀ ਨਾ ਪ੍ਰੋਨਨਸੀਏਸ਼ਨ ਦੀ ਥੋੜੇ ਟਾਈਮ ਬਾਅਦ ਕਾਮਨ ਸੈਂਸ ਜਿਹੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਨਾ ਉਹ ਆਪਣੇ ਆਪ ਆ ਜਾਏਗਾ ਬਟ ਟਾਈਮ ਸਰ ਇਕਦਮ ਨਹੀਂ ਫਿਰ ਤੁਸੀਂ ਕਾਫੀ ਹੱਦ ਤੱਕ ਸਹੀ ਪ੍ਰੋਨਾਂਸ ਕਰਨਾ ਵਰਡ ਸ਼ੁਰੂ ਕਰ ਦੋਗੇ ਠੀਕ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਛੋਟਾ ਜਿਹਾ ਵੀਡੀਓ ਸੀ ਜਸਟ ਟੂ ਪੁੱਟ ਯੋਰ ਫੋਕਸ ਕਿ ਬੁੱਕ ਪੜ ਰਹੇ ਆ ਤਾਂ ਵਰਡ ਯਾਦ ਕਰਕੇ ਬਸ मीनिंग ਨਹੀਂ ਬੋਲਣਾ ਵੀ ਸਿੱਖੀਓ ਉਹਨਾਂ ਨੂੰ ਕਿੱਦਾਂ ਬੋਲਣਾ ਹੈ ਕਿੱਦਾਂ ਪ੍ਰੋਨਨਸੀਏਸ਼ਨ ਜਿਹੜੇ ਰੂਲਸ ਹਨ ਉਹ ਕਿਦਾਂ ਸਮਝ ਰਹੇ ਹਨ ਹੁਣ ਕੋਈ ਵੀ ਨਵੀਂ ਚੀਜ਼ ਆਂਦੀ ਹੈ ਜਿੱਦਾਂ ਉਹ ਉਹਦੇ ਉੱਪਰ ਲੱਗਿਆ ਹੋਇਆ ਇਹ ਡੰਡਾ ਇਹਦਾ ਮਤਲਬ ਕੀ ਹੈ ਇਹ ਹੌਲੀ ਹੌਲੀ ਸਿੱਖੀ ਜਾਵਾਂਗੇ ਅੱਜ ਅਸੀਂ ਮੇਨ ਮੇਨ ਜਿਹੜੇ ਪੁਆਇੰਟਸ ਨੇ ਉਹ ਕਵਰ ਕਰ ਲਏ ਥੈਂਕ ਯੂ